बरनाला जिले दे पिंड चीमा दे नजदीक एक डेरे च कुछ लुटेरिया ने लंगी रात लुट दी वारदात नूं अंजाम देने दी कोशिश कीती, पर होई गोलाबारी च लुटेरिया नूं दुंब दबा के भजना पिया। मौके तो मिली जानकारी अनुसार विवेक आश्रम डेरे अंदर सेवादारा ने दस्या है कि रात 1 बजे दे करीब 5-6 अणपछाते नौजवान डेरे अंदर दाखिल होए ते डेरे दे नौजवान ਅਤੇ ਬਜ਼ੁਰਗ ਸੇਵਾਦਾਰਾਂ ਨੂੰ ਉਹਨਾਂ ਦੀਆਂ ਪੱਗਾਂ ਪਰਨਿਆਂ ਨਾਲ ਬੰਨ ਦਿੱਤਾ ਅਤੇ ਬਾਅਦ ਵਿੱਚ ਡੇਰੇ ਦੇ ਮੁੱਖ ਦਫ਼ਤਰ ਅੰਦਰ ਵੜਨ ਦੀ ਕੋਸ਼ਿਸ਼ ਕਰਦਿਆਂ ਦਰਵਾਜ਼ਿਆਂ ਦੀ ਵੀ ਭੰਨਤੋੜ ਸ਼ੁਰੂ ਕਰ ਦਿੱਤੀ। ਲੁਟੇਰੇ ਜਦੋਂ ਕਮਰੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਡੇਰੇ ਦੇ ਸੇਵਾਦਾਰ ਬਾਬਾ ਸੁੰਦਰ ਸਿੰਘ ਨੇ ਆਪਣੀ ਲਾਇਸੈਂਸੀ ਪੱਕੀ 315 ਬੋਰ ਨਾਲ ਅੰਦਰੋਂ ਫਾਇਰ ਕਰ ਦਿੱਤੇ। ਦਰਵਾਜ਼ਾ ਭੰਨਣ ਵਾਲੇ ਇੱਕ ਲੁਟੇਰੇ ਦੇ ਹੱਥ ਵਿੱਚ ਫਾਇਰ ਲੱਗਿਆ ਤਾਂ ਸਾਰੇ ਕੰਧ ਟੱਪ ਕੇ ਫਰਾਰ ਹੋ ਗਏ। ਪ੍ਰਬੰਧਕਾਂ ਨੇ ਜਦੋਂ ਬਾਹਰ ਆ ਕੇ ਦੇਖਿਆ ਤਾਂ ਇੱਕ ਲੁਟੇਰੇ ਦੀ ਉਂਗਲ ਉੱਥੇ ਪਈ ਸੀ ਤੇ ਕਾਫੀ ਦੂਰ ਤੱਕ ਖੂਨ ਦੇ ਨਿਸ਼ਾਨ ਨਜ਼ਰ ਆ ਰਹੇ ਸਨ। ਮੌਕੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਸਵੇਰੇ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਜਾਂਚ ਟੀਮਾਂ ਨੇ ਪਹੁੰਚ ਗਈਆਂ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਅੱਛਾ, ਇਹ ਜਿਹੜੀ ਇਹ ਵਾਰਦਾਤ ਹੋਈ ਹੈ ਕਿਹੜੀ ਜਗ੍ਹਾ ਗਈ, ਕੀ ਵਾਰਦਾਤ ਹੋਈ ਹੈ, ਇਹ ਕਦੋਂ ਦੀ ਗੱਲ ਆ? ਇਹ ਡੇਰਾ ਵਿਵੇਕ ਆਸ਼ਰਮ ਚੀਮਾ ਜੋਧਪੁਰ ਵਿੱਚ ਜਲਾਲ ਵਾਲੇ ਮਹਾਂਪੁਰਸ਼ਾਂ ਦਾ ਡੇਰਾ ਗਈ, ਉਹਨਾਂ ਦੀ ਸਰਪ੍ਰਸਤੀ ਤੇ ਚੱਲੀ ਜਾਂਦਾ ਗਾ, ਜਿੰਨੀ ਵੀ ਕਾਰਜਕਾਰੀ ਸਾਰੀ ਜਲਾਲ ਵਾਲੇ ਮਹਾਂਪੁਰਸ਼ਾਂ ਨਾਲ ਹੈ। ਬਾਕੀ ਦੀ ਜਿਹੜੀ ਰਾਤ ਵਾਰਦਾਤ ਹੋਈ ਆ ਉਹ ਲਗਭਗ ਵੀ 1 ਤੋਂ 1:30 ਵਜੇ ਦੇ ਵਿਚਕਾਰ ਹੋਈ ਆ। ਕੀ ਵਾਰਦਾਤ ਹੋਈ ਆ? ਲੁੱਟ ਖੋਹ ਦੇ ਮਕਸਦ ਨਾਲ ਹੀ ਆਏ ਸੀਗੇ, ਬਾਕੀ ਜਿਹੜੇ ਸੇਵਾਦਾਰ ਸੀਗੇ ਸਾਡੇ ਉਹਨਾਂ ਨੂੰ ਤੁਹਾਨੂੰ ਪਹਿਲਾਂ ਹੀ ਪਰਨ ਨਾਲ ਬੰਨ ਦਿੱਤਾ ਗਿਆ ਸੀਗਾ, ਮੰਜਿਆਂ ਨਾਲ ਅੱਡੋ ਅੱਡੀ ਜਿਹੜਾ ਜਿਸ 'ਤੇ ਪਿਆ ਸੀਗਾ ਉੱਥੇ ਉੱਥੇ ਉਹਨਾਂ ਨੂੰ ਬੰਨ ਦਿੱਤਾ ਸੀ ਸਾਰਿਆਂ ਨੂੰ। ਕਿੰਨੇ ਕੁ ਬੰਦੇ ਸੀ ਉਹ ਬੰਨਣ ਵਾਲੇ? ਲਗਭਗ ਵੀ ਬੰਨਣ ਵਾਲੇ ਸੀਗੇ 5-6 ਜਣੇ, ਬਾਕੀ ਇੱਧਰ ਉੱਧਰ ਬਾਹਰ ਅੰਦਰ ਖੜ੍ਹੇ ਸੀਗੇ। ਕੋਈ ਹਥਿਆਰ ਵਗੈਰਾ ਉਹਨਾਂ ਕੋਲ? ਛੋਟੀਆਂ ਸੀ ਸਾਰੀਆਂ ਉਹਨਾਂ ਕੋਲੇ, ਜਿੰਨੀਆਂ ਕੁ ਮੰਨ ਕੇ ਆਮ ਖਾਸ ਬੁੱਕਲ ਦੇ ਵਿੱਚ ਆ ਜਾਂਦੀਆਂ ਨੇ। ਕੀ ਲੱਗਦਾ ਕੀ ਕਰਨਾ ਸੀਗੇ ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਪਾਈ ਗਈ ਆ? ਜਿਹੜੇ ਹਿਸਾਬ ਦੇ ਰਾਤ ਦੇ ਸਮੇਂ ਤੋਂ ਆਏ ਆ, ਟਿੱਕੀ ਰਾਤ ਦੇ ਵਿੱਚ ਰਾਤ ਨੂੰ 1-1:30 ਵਜੇ ਆਏ ਆ, ਉਸ ਹਿਸਾਬ ਦੇ ਲੁੱਟ ਖੋਹ ਵਾਲੀ ਸੀਗੀ, ਨਸ਼ੇ ਨੁਸ਼ੇ ਵਾਲੇ ਹੋ ਸਕਦੇ ਜਾਂ ਲੁੱਟ ਖੋਹ ਤੌਰ 'ਤੇ ਮਕਸਦ ਨਾਲ ਹੀ ਆਏ ਆ। ਡੇਰੇ 'ਚੋਂ ਨੁਕਸਾਨ ਹੋਇਆ ਜਿਹੜਾ ਸ਼ੀਸ਼ੇ ਵਗੈਰਾ ਭੰਨੇ ਨੇ ਤਾਂ ਉਹ ਇਸੇ ਕੰਮ ਨੂੰ ਹੀ ਸੀ। ਜਿਹੜੀ ਫਾਇਰਿੰਗ ਹੋਈ ਉਹ ਕਿੰਨਾ ਵੱਲੋਂ ਕੀਤੀ ਗਈ ਆ, ਕੀ ਗੱਲ ਹੋਈ ਉਹਦੇ 'ਚ? ਉਹਦੇ ਵਿੱਚ ਤਾਂ ਆਪਦੀ ਆਤਮ ਰੱਖਿਆ ਵਾਸਤੇ ਹੀ ਫਾਇਰ ਕੀਤਾ ਗਿਆ ਹੈਗਾ, ਅਤੇ ਹੋਰ ਵੀ ਕਿਸੇ ਦੇ ਮੰਨ ਕੇ ਜਾਨੀ ਨੁਕਸਾਨ ਵਾਸਤੇ ਤਾਂ ਅਸੀਂ ਕਿਸੇ ਨੂੰ ਫਾਇਰ ਨਹੀਂ ਕੀਤਾ। ਉਹ ਜਿਹੜਾ ਇੱਕ ਮਨੁੱਖੀ ਅੰਗ ਵੀ ਪਿਆ ਗਿਆ ਉਹ ਕਿਹਦਾ ਗਾ? ਉਹ ਜਿਹੜਾ ਜਦੋਂ ਆਪਦੇ ਮਤਲਬ ਕਿ ਆਤਮ ਰੱਖਿਆ ਵਾਸਤੇ ਫਾਇਰ ਕੀਤਾ ਗਿਆ ਸੀਗਾ, ਉਹਦੇ ਵਿੱਚ ਮੰਨ ਕੇ ਉਹਨਾਂ ਦੇ ਹੱਥ ਦੀ ਇੱਕ ਉਂਗਲ ਹੈ ਜਿਹੜਾ ਬੰਦਾ ਮਤਲਬ ਸ਼ੀਸ਼ੇ ਤੋੜ ਰਿਹਾ ਸੀ ਅਤੇ ਅੰਦਰੋਂ ਬਾਰੀਆਂ ਖੋਲ੍ਹ ਰਿਹਾ ਸੀਗਾ ਉਹਦੇ ਵਿੱਚੋਂ। ਇੱਕ ਤਾਂ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ? ਹਾਂ, ਅਸੀਂ ਨਾਲ ਹੀ ਪੁਲਿਸ ਨੂੰ ਫੋਨ ਕਰ ਦਿੱਤਾ ਗਿਆ ਸੀਗਾ, ਇੱਥੋਂ ਹੀ ਆਪਣੇ ਥਾਣਾ ਪੱਖੋਂ ਖਿੱਚੀਆਂ ਵਿੱਚ ਫੋਨ ਕਰਤਾ ਸੀਗਾ, ਕੰਟਰੋਲ ਰੂਮ ਫੋਨ ਕਰਤਾ ਸੀਗਾ, ਉਸਦੇ ਨਾਲ ਮਤਲਬ ਕਿ ਪੁਲਿਸ ਸਹਾਇਤਾ ਨਾਲ ਹੀ ਤੋਂ 10 ਮਿੰਟਾਂ ਬਾਅਦ ਹੀ ਆ ਗਈ ਸੀਗੀ। ਤਕਰੀਬਨ 1 ਵਜੇ ਦਾ ਟਾਈਮ ਹੋਊਗਾ ਵੀ ਜਦੋਂ ਮੈਨੂੰ ਪਤਾ ਲੱਗਿਆ ਵੀ ਇੱਥੇ ਸ਼ੀਸ਼ਾ ਟੁੱਟਿਆ ਹੈਗਾ, ਅਤੇ ਉਹ ਜਦੋਂ ਸ਼ੀਸ਼ਾ ਟੁੱਟਿਆ ਤਾਂ ਦੇਖਿਆ ਵੀ ਬਾਹਰ ਬੰਦਾ ਕੋਈ ਖੜ੍ਹਾ ਸੀਗਾ ਅਤੇ ਉਹ ਜਾਲੀ 'ਚ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਅਤੇ ਮੈਂ ਅੰਦਰ ਪਿਆ ਸੀ। ਮੈਂ ਅੰਦਰੋਂ ਜਦੋਂ ਦੇਖ ਲਿਆ ਵੀ ਬੰਦੇ ਆ ਗਏ ਤਾਂ ਮੈਂ ਫਟਾਫਟ ਆਪਦਾ ਹਥਿਆਰ ਚੱਕ ਕੇ ਅਤੇ ਜੀ ਮੈਂ ਬਾਹਰ ਨਿਕਲ ਕੇ ਫਾਇਰ ਕਰਤਾ ਗਾ, ਅਤੇ ਉਹ ਬੰਦੇ ਦੇ ਇੱਕ ਦੇ ਫਾਇਰ ਵੱਜਿਆ ਗਾ, 2 ਫਾਇਰ ਮੈਂ ਕਰਤੇ ਹੈਗੇ ਅਤੇ ਉਹ ਭੱਜ ਗਏ ਬੰਦੇ ਕੰਧ ਟੱਪ ਕੇ। ਬਾਅਦ 'ਚ ਫਿਰ ਮੈਂ ਉਹ ਉੱਪਰ ਚੜ੍ਹ ਕੇ 2 ਫਾਇਰ ਫਿਰ ਕੀਤੇ ਉਹਨਾਂ ਮਗਰ, ਅਤੇ ਉਦੋਂ ਬਾਅਦ ਫਿਰ ਪਤਾ ਚੱਲਦਾ ਗਾ ਵੀ ਕੈਮਰੇ ਵੀ ਦੇਖਿਆ, ਫਿਰ ਇਹ ਸਾਡੇ ਬੰਦਿਆਂ ਨੂੰ ਉਧਰੋਂ ਮੈਂ ਬਾਹਰ ਕੱਢਿਆ, ਅਤੇ ਇਹਨਾਂ ਦੇ ਦੱਸਣ ਮੁਤਾਬਕ ਵੀ ਪਹਿਲਾਂ ਉਹ ਇਹਨਾਂ ਨੂੰ ਬੰਨ੍ਹਣ ਆਏ ਸੀਗੇ, 7-8 ਜਣੇ ਸੀਗੇ, ਅਤੇ ਇਹਨਾਂ ਨੂੰ ਉਹ ਘੇਰ ਕੇ ਬੰਨ੍ਹੇ ਆਏ ਸੀਗੇ ਅੱਡ ਮੰਜਿਆਂ ਨਾਲ। ਕਿਸੇ 'ਤੇ ਸ਼ੱਕ ਸੁਭਾਅ ਤੁਹਾਨੂੰ ਹੈ? ਨਹੀਂ, ਸ਼ੱਕ ਤਾਂ ਵੀਰ ਜੀ ਕੋਈ 'ਤੇ ਨਹੀਂ ਗਾ ਸਾਡਾ, ਠੀਕ ਹੈ, ਕਿਉਂਕਿ ਕਿਸੇ ਨਾਲ ਆਪਣਾ ਵੈਰ ਵਿਰੋਧ ਨਹੀਂ ਗਾ। ਕੀ ਮਨਸ਼ਾ ਹੋ ਸਕਦੀ ਹੈ ਜੀ ਗੈਰ ਬੰਦਿਆਂ ਦਾ ਇੱਥੇ ਦਾਖਲ ਹੋਣਾ, ਕੀ ਲੱਗਦਾ? ਗੈਰ ਮਨਸ਼ਾ ਕੋਈ ਚੋਰੀ ਲੁਟੇਰਿਆਂ ਦੀ ਹੋ ਸਕਦੀ ਹੈ ਜੀ, ਕੋਈ ਹੋਰ ਤਾਂ ਇੱਥੇ ਕੋਈ ਕੀਮਤੀ ਸਮਾਨ ਨਹੀਂ ਗਾ ਜਾਂ ਕੋਈ ਕਿਸੇ ਨਾਲ ਕੋਈ ਵੈਰ ਨਹੀਂ ਗਾ। ਹਾਂਜੀ, ਇੱਥੇ ਇਹ ਪਹਿਲਾਂ ਵੀ ਇੱਥੋਂ ਵਾਰਦਾਤ ਹੋ ਚੁੱਕੀ ਆ, ਦੁਬਾਰੇ ਫੇਰ ਹੋ ਚੁੱਕੀ ਆ, ਹੁਣ ਅਗਲੀ ਸੁਰੱਖਿਆ ਨੂੰ ਲੈ ਕੇ ਤੁਹਾਡੇ ਵੱਲੋਂ ਕੀ ਪ੍ਰਬੰਧ ਕੀਤੇ ਜਾ ਰਹੇ ਹੈਗੇ? ਅਗਲੀ ਸੁਰੱਖਿਆ ਨੂੰ ਇਹ ਹੈ ਵੀ ਪਹਿਲਾਂ ਵੀ ਅਸੀਂ ਤਾਂ ਸੁਰੱਖਿਆ ਦੇ ਤੌਰ 'ਤੇ ਵੀ ਬਹੁਤ ਪ੍ਰਬੰਧ ਕੀਤਾ ਸੀ, ਕੈਮਰੇ ਲਵਾਏ ਸੀਗੇ ਅਤੇ ਬਾਕੀ ਗੇਟ ਗੂਟ ਵੀ ਜਾਲੀਆਂ ਬੰਦ ਕਰਾਈਆਂ ਸੀ, ਹੁਣ ਅਸੀਂ ਥੋੜ੍ਹੀ ਹੋਰ ਵਧਾ ਦਾਂਗੇ ਸੁਰੱਖਿਆ, ਕੈਮਰੇ ਵੱਧ ਕਰਾਂਗੇ। ਪੁਲਿਸ ਕਿਹੜਾ ਮਾਰਦੀ ਹੁੰਦੀ ਆ ਤੁਹਾਡੇ ਕੋਲ ਕਿ ਨਹੀਂ ਰਾਤ ਨੂੰ? ਰਾਤ ਨੂੰ ਨਹੀਂ ਜੀ, ਬਹੁਤ ਘੱਟ ਕਦੇ ਆਏ ਨੀਗੇ, ਸ਼ੁਰੂ 'ਚ ਉਦੋਂ ਥੋੜ੍ਹੇ ਦਿਨ ਆਉਂਦੇ ਰਹੇ ਸੀਗੇ, ਬਟ ਹੁਣ ਮੇਨ ਹਾਈਵੇ ਦੇ ਉੱਤੇ ਇਹ ਡੇਰਾ ਬਣਿਆ ਗਾ, ਘੱਟ ਘੱਟ ਸੁਰੱਖਿਆ ਹਨਾ ਜ਼ਰੂਰੀ ਆ ਗਈ। ਪੁਲਿਸ ਦੀ ਪੈਟਰੋਲਿੰਗ ਵਾਲੀ ਗੱਡੀ ਆਉਂਦੀ ਤਾਂ ਹੈ ਪਰ ਉਹ ਰਾਤ ਦੇ ਟਾਈਮ ਘੱਟ ਆਉਂਦੀ ਹੈ ਜੀ, ਜਿਹੜਾ ਕਿ 12-3 ਵਾਲਾ ਟਾਈਮ ਹੈ ਵੀ ਉਸ ਟਾਈਮ ਇਹ ਜ਼ਿਆਦਾ ਬਾਕੀ ਹੁੰਦੇ ਆ ਜੀ। ਉਹ ਬੰਦੇ ਸੀਗੇ ਜੀ, 6 ਬੰਦੇ ਸੀਗੇ, 6 ਤਾਂ ਮੈਂ ਆਪ ਦੇਖੇ ਹੈ ਮੁੰਡੇ ਜੀ, 24-25 ਸਾਲ ਦੇ ਸੀਗੇ, ਅਤੇ ਮੈਂ ਜੀ ਬਾਹਰ ਪਿਆ ਸੀ, ਬਾਹਰ 'ਤੇ ਨਾ ਕੁੱਤਾ ਭੌਂਕੀ ਜਾਂਦਾ ਜੀ, ਕੁੱਤਾ ਬਾਹਲਾ ਹੀ ਭੌਂਕਣ ਲੱਗ ਗਿਆ, ਅਤੇ ਮੈਂ ਕਿਹਾ ਚੱਲ ਵੀ ਉੱਠ ਕੇ ਦੇਖਦਾ ਨਾ ਤਾਂ ਮੈਂ ਪਿਸ਼ਾਬ ਕਰ ਜਾਂਦਾ, ਅਤੇ ਜਾਂ ਮੈਂ ਉੱਠ ਕੇ ਬਾਥਰੂਮਾਂ ਵੱਲ ਗਿਆ ਅਤੇ ਬਾਥਰੂਮਾਂ ਦੇ ਮਗਰਲੇ ਪਾਸੇ ਉਹ 4 ਬੰਦੇ ਖੜ੍ਹੇ ਸੀ, 4 ਬੰਦੇ ਜਦੋਂ ਮੈਂ ਦੇਖਿਆ ਤਾਂ
मैं एकदम पछाण मोड़न लगा तो उन्हें एकदम आके चमा ने मैंने फड़ लिया, फड़ के मेरिया मगर बाहों बनती मुड़ के मैं कमरे च ले आए। कमरे च जरा दूजा बंदा बैठा सीगा पिया सीगा उहनू लागे सजोके मारन उठ, वह अगों थोड़ा जहा कहन लग गया यार तुम कौन आओ मेरे मूँह से बेंटरी मारते हैं, तो वो दो दिन लत्तां लत्तां ही मारियां इन्होंने, तो फिर वो बाहां बन पियां। फिर दूजे कमरे जिहड़ा पिया सीगा उहदे उहनू बन लिया, उहनू बन के मुड़ के सानू मूँह से बेंटरी मारते हैं, तो वो दो दिन लत्तां लत्तां ही मारियां इन्होंने, तो फिर वो बाहां बन पियां। फिर दूजे कमरे जिहड़ा पिया सीगा उहदे उहनू बन लिया, उन्होंने बन के मुड़ के सानू उत्थे कहिंदे बोले ना जिहड़ा कोई बोलूगा, तो वो जो दो साडे कोले खड़े आ गए उन्होंने कहते जे कोई बोलन गए रौला पाउणगे तो फैर मार दे इन्होंने, तो मुड़ के आप जाके वो कुटिया जावड़े जी। वो जी हुलिया तो सी तो मुंडे खुंडे जी लगते, कोई जो ज़्यादा उम्र का बंदा कोई नहीं सी उन्होंने, हाँ तो ऐ लीड़े लूड़े ऐ वधिया पाए सीगे, हाँ मूँह बढ़े सी मोने भी सी बच्च दूजे भी सी सियार उस टाइम उन्होंने कोई नहीं सी, उन्होंने को एडे एडे डंडे सी, हाँ एक कोई सब्बा सी दूजे को एडे एडे डंडे सी, होर कोई सियासन दिखाया नहीं उन्होंने, जख्मी किया ना होर एक मुंडे के बांह से मारी है, तो दूजा जो बाबा इतने सेगा वो भी हुजा हजा मार के जाने उन्होंने कोई जख्म नहीं कोई किया। जी एक फायरिंग हुई है वो उंगल इतने रह गई है कि फायरिंग की गई सी, वो जी बाबे जी ने की फिर बाद च, हाँ जो उन्हें अगों पता लग गया उन्होंने भी वो बारी तोड़ी जाता है, तो बाबा जी अंदरों निकले बाहर जो उन्होंने देखा भी चोर आए उन्हें फिर पैर मारे थोड़ी उंगल। तुम कितने टाइम तो काम कर रहे हो इतने जी? मैं जी मैंने 9 महीने हो गए, 9 महीने, हाँ जी चाह पानी बनाना अंदर पहला शहर है दूसरी बार का था कि पुलिस वालों भी पेट्रोल को पार्टी को रात को गेड़ा मार दिया नहीं मार दी इतने? नहीं जी पहला तो कदम नहीं मारिया, हाँ जी गल बात कोई नहीं पता नहीं लगे सानू बार खोल के अंदर वड़ गए दो तीन जने मैनू आ पग न लत्तां बांधतियां लड़ वे होंगे ना पग दे ते फिर एक बांह बनती फिर उत्थे लीड़ा जा पिया एक लाल जा ते वो मेरा बनता बाही ना दोने हथ फिर दूजे मैं बोला ते फिर वो बोलन ना देन डंडे से उन्हां कोल वड्डे वड्डे ते आए खुद मारन नूं पैण ते फिर एक आए करे आए भी बोलना ते फिर वो दूजा बुढ़ा इत्थे पिया सी बाहर जो उधरों बाबे ने फायल किया तो फिर मगर मूहरे वो भजे मैं तो बन्ने वाले से अंदर तो दस इतों की लगते भजे जाते हैं तो वह फिर मुड़ के तो इतने लंगड़ा जहा बुढ़ा सी बेचारा रात कट्टन आया तो उन्हें मैनू फिर खोलिया बाहां ला लत्तां खोलिया तो फिर उठे मुड़ के बस भज गए। फिर बस सीधे अंदर जा उड़े आए आप वेखे नहीं गए जने सुता उधर जाती सी किन्नी उम्र दे लगदे सी जी ओह मुंडे बाबा जी मुंडे जी आ लीड़ा चक्या बैग चो फोले बैग भी इन्हां कोले असला उसला हो तो पैसे तो कढ ले उत्थे पए सी सराणे कन्नी खुले 20 दूजा होने 40 रुपये वो भी ले गए मोबाइल जी लै गए फड़ लिया पहला सारे इन्हों तो फिर इतें ही सट गए एक बजरी च लुकोता एक इधर इटा दे थले देता तड़के फिर इतने आ गए जो फायर हो तो चीक चिहाड़ा पाते भजे आ गए नहीं ऊ करी गए पा चलो मर गए फलाना हो गए उंगल भी रहेगी ना इतने आहो आए घर से भजे आए रात वारदात हुई की वारदात हुई है जी की सामने आया तो वालों से की कार्रवाई की जा रही है जी।
एक डेरा जी इत्थे चीमा रोड के उत्ते उत्थे कुछ अणपछाते बंदे आए थे इन्हां दे डेरे दे विच चोरी करन दी नीत नाल आए थे ते उहदे विच जदों इन्हां दे मालकां नूं पता लग गया रौला रूला पाया गया तो उन्होंने रौला सुन के वह भज गए वापस बस वो तफ्तीश करते पे हैं बाकी इन्हों के बयान के आधार से जो भी कार्रवाई बनती हैगी कर रहे हैं। एक जी फायरिंग हुई है उस संबंधी की जानकारी है तो वो इन्हों को अपना लसेंसी सीगा हथियार तो बस अपनी सैल्फ डिफेंस के उन्होंने फायर किया गा बयान लिखे जा रहे ने जी बाकी जो तफ्तीश का पार्ट होगा अगे आजगा पिंड जोधपुर चीमा विखे जो कि वापरी है ते नेड़े तेड़े दे डाक्टरां नू अते सारे वीरां नू सूचित किया जाता है कि जे कोई भी बंदा आउंदा है इलाज करवाउण वास्ते उसकी उंगल कट्टी होवे जां हाथ वड्या होवे हाथ दी किसी भी तरह की सट होवे उहदी जांच पड़ताल करके जो हेठां नंबर फ्लैश हो रहे ने इन्हां नंबरां ते दसण दी कृपालता करनी तां कि जो बंदा पकड़िया जा सके अगे तो इह जी घटना नूं अंजाम ना देवे। धन्नवाद। Audio Jungle.